ਪਾਣੀ ਤੱਤਾ ਕਰਦੀ ਆ ਨਹਾਉਣੀ ਹੈ ਜੀ ਨਹਾਤਾ ਗਿਆ ਮਾੜਾ ਮੋਟਾ ਕੱਪੜੇ ਧੋ ਲਾਂਗੇ ਨਾਲੇ ਨੀਂਗਰੇ ਕੁਰੇ ਕੀ ਕਰਦੀ ਸਿੰਦਰ ਤੂੰ ਕੁਛ ਨਹੀਂ ਮੈਂ ਤਾਂ ਹਾਂ ਬੀਬੀ ਕੰਮ ਕਰੀ ਜਾਂਦੀ ਸੀ ਮਾੜਾ ਜਾ ਕੋਈ ਕੰਮ ਸੀ ਮੈਂ ਤਾਂ ਐਂ ਪੁੱਛਦੀ ਸੀ ਦਾਲ ਪਾਣੀ ਦਾ ਕਰ ਲੈਂਦੇ ਰੋਟੀ ਟੁੱਕ ਦਾ ਦੁਪਹਿਰ ਆਈ ਜਾਂਦਾ ਉੱਤੇ ਹਾਂ ਉਹ ਤਾਂ ਹੈ ਕਰਦੇ ਆ ਦਾਲ ਪਾਣੀ ਦਾ ਵੀ ਮੈਂ ਤਾਂ ਐਂ ਕਹਿੰਦੀ ਸੀ ਮਹਾ ਪੁੱਛ ਲੈਂਦੇ ਆਪਾਂ ਤਾਰੋ ਨੂੰ ਕੀ ਕਹਿੰਦੀ ਐ ਕੀ ਖਾਊਗੀ ਤਾਰੋ ਨੂੰ ਕੀ ਪੁੱਛਣਾ ਦਾਲ ਰੋਟੀ ਤਾਂ ਆਪਾਂ ਬਣਾਉਣੀ ਐ ਉਹ ਤਾਂ ਪੁੱਛ ਕੇ ਤਰਾਂਗੇ ਬਣਾਉਣੀ ਤਾਂ ਆਪਾਂ ਵੀ ਚੱਲ ਫਿਰ ਖਾਣੀ ਤਾਂ ਚੱਲ ਸਾਰਿਆਂ ਨੇ ਹੈਗੀ ਮੈਂ ਤਾਂ ਦਾਹੀ ਕਹਿੰਦੀ ਸੀ ਕੁੜੀ ਜਿਵੇਂ ਦੀਦੀ ਨਹੀਂ ਕਿਤੇ ਲੱਗ ਗਈ ਉਹ ਤਾਂ ਇੱਧਰ ਬਾਹਰ ਹੀ ਗਈ ਹੈਗੀ ਬਾਹਰ ਹਾਂ ਪਤਾ ਨਹੀਂ ਕਹਿੰਦੀ ਸੀ ਕਿਹਦੇ ਘਰੇ ਜਾ ਕੇ ਆਉਣੀ ਆ ਮੈਂ ਬਾਹਰ ਕੀ ਕਰਨ ਬਾਗੀ ਲੈ ਸਾਰਾ ਦਿਨ ਹੀ ਤੁਰੀ ਫਿਰਦੀ ਰਹਿੰਦੀ ਹੈ ਝਗੜੀਆਂ ਆਈਆਂ ਮਾਰਦੀ ਨਾ ਮੁੜ ਕੇ ਉਹਦਾ ਦਾਖਲਾ ਦੁਖਲਾ ਭਰਿਆ ਨਾਲੇ ਮੇਰੀ ਗੱਲ ਸੁਣ ਛੇਤੀ ਧਰ ਲਾ ਦਾਲ ਮੁੰਡੇ ਦੀ ਰੋਟੀ ਲੈ ਕੇ ਜਾਣਾ ਕਦੋਂ ਦਾ ਗਿਆ ਖੇਤ ਹਾਂ ਹਾਂ ਬਣਾਉਣੀ ਆ ਰੋਟੀ ਤਾਂ ਚੱਲ ਫਿਰ ਤੁਸੀਂ ਮੈਨੂੰ ਐਂ ਦੱਸੋ ਦਾਲ ਦਾ ਕੋਈ ਕਰੋ ਪ੍ਰਬੰਧ ਤੇ ਫਿਰ ਮੈਂ ਬਣਾ ਦਿੰਦੀ ਹੈਗੀ ਨਾਲੇ ਖੇਤ ਰੋਟੀ ਭੇਜ ਦਾਂਗੀ ਚੰਗਾ ਦਾਲ ਹੀ ਧਰ ਲੈਂਦੇ ਫਿਰ ਸਬਜ਼ੀ ਤਾਂ ਕੋਈ ਲਿਆਂਦੀ ਨਹੀਂ ਦਾਲ ਦੀ ਬੀਬੀ ਓਹੋ ਜਦੋਂ ਦੇਖਾਂ ਚੁੱਲ੍ਹੇ ਅੱਗੇ ਰਹਿੰਦੀ ਆ ਨੀ ਕੀ ਹੈ ਬੇਬੇ ਤੂੰ ਤਾਂ ਨਾ ਸਿੱਧਾ ਹੀ ਨਹੀਂ ਬੋਲਦੀ ਸਿੱਧਾ ਬੋਲਣ ਨੂੰ ਮੈਂ ਤਾਂ ਨਹੀਂ ਕਿਹਾ ਪਹਿਲਾਂ ਮੈਨੂੰ ਐਂ ਦੱਸ ਆ ਕਿ ਨਹੀਂ ਫਿਰਦੇ ਝੋਲੇ 'ਚ ਇਹਦਾ ਨਸੀਬੋ ਤਾਈ ਨੇ ਨਾ ਉਹ ਦਾਲ ਪਾਈ ਹੈ ਥੋੜੀ ਜੀ ਕਹਿੰਦੀ ਬਣਾ ਲਿਓ ਉਹਨਾਂ ਦੇ ਲੱਗਦੇ ਨੇ ਕੱਦੂ ਹਨਾ ਹਾਂ ਲੱਗਦੇ ਨੇ ਬਾਈ ਹੋਰੀ ਕਿੱਥੇ ਨੇ ਖੇਤ ਗਿਆ ਬਾਈ ਤਾਂ ਤੇਰਾ ਕਦੋਂ ਦਾ ਤੜਕੇ ਦਾ ਪਾਣੀ ਦੀ ਵਾਰੀ ਸੀ ਅੱਜ ਮੇਰੀ ਗੱਲ ਸੁਣ ਕਿਹੜੇ ਵੇਲੇ ਦੀ ਗਈਆਂ ਹੈ ਤੇ ਤੇਰਾ ਹਲੇ ਉੱਥੋਂ ਉਹ ਹੀ ਨਹੀਂ ਮੁੱਕਦਾ ਸਾਰਾ ਦਿਨ ਪੂਰਾ ਬਾਗੀ ਪਰਾਂ ਬਾਗੀ ਚਾਰ ਘਰ ਟੱਪੇ ਆਉਂਦੀ ਆ ਬੀਬੀ ਉਹਨਾਂ ਦੀ ਕਾਲੋ ਨਹੀਂ ਹੈਗੀ ਜਿਹੜੀ ਉਹਦੀਆਂ ਗੁੱਤਾਂ ਕਰਨ ਲੱਗ ਗਈ ਸੀ ਮੈਂ ਕਰਿਆ ਲੋਕਾਂ ਦੀਆਂ ਗੁੱਤਾਂ ਕਰੇ ਕਿਸੇ ਨੇ ਜੂਆ ਕੱਢੇ ਕਿਸੇ ਦਾ ਕੁਛ ਕਰੇ ਕਿਸੇ ਦਾ ਕੁਛ ਕਰੇ ਫੇਰ ਕੀ ਹੋ ਗਿਆ ਭਾਬੀ ਮੈਨੂੰ ਕੁਛ ਵੀ ਨਹੀਂ ਕਹਿੰਦੀ ਹੈਗੀ ਤੂੰ ਤਾਂ ਸਾਰਾ ਦਿਨ ਬੋਲੀ ਜਾਂਦੀ ਆ ਤਿਆਰ ਸਾਰੀ ਹੋ ਰਹੀ ਹੈ ਹੁਣ ਕਿਹੜਾ ਤੂੰ ਨਿਆਣੀ ਹੈ ਮਾਂ ਨੂੰ ਤਾਂ ਬੋਲਣਾ ਪੈਂਦਾ ਹੀ ਹੈ ਹਾਏ ਬੀਬੀ ਤੂੰ ਕਿੰਨੀ ਦੋਗਲੀਆਂ ਨਹੀਂ ਕਦੇ ਤਾਂ ਤੂੰ ਕਹਿ ਦਿੰਦੀ ਹੈ ਤੂੰ ਹਲ ਨਿਆਣੀ ਜੀ ਆ ਹੁਣ ਤੂੰ ਕਹਿਣ ਲੱਗ ਗਈ ਵੱਡੀ ਹੋ ਗਈ ਛੇਤੀ ਨਹੀਂ ਹੁੰਦਾ ਹੁੰਦਾ ਮਾਂ ਮਾਂ ਤਾਂ ਹੀ ਕਹਿ ਦਿੰਦੀ ਕਦੇ ਵੱਡੀ ਸਾਰੀ ਬਣਾ ਦਿੰਦੀਆਂ ਨੇ ਕਦੇ ਉਹਨੇ ਛੋਟੀ ਜੀ ਬਣਾ ਦਿੰਦੀਆਂ ਨੇ ਚੱਲ ਚੰਗਾ ਮੈਨੂੰ ਐ ਦੱਸ ਅੱਜ ਦਾਲ ਕਾਦੀ ਬਣਾਵਾਂਗੇ ਆ ਦੇਖ ਕੱਦੂ ਲਈ ਫਿਰ ਇਸੇ ਦੀ ਬਣਾ ਲਾਣੇ ਹੁਣ ਤਾਂ ਦਾਲ ਧਰਦੀ ਸੀ ਛੇਤੀ ਛੇਤੀ ਦਾਲ ਬਣਾ ਲਓ ਮੈਂ ਤੇ ਭਾਬੀ ਨਾ ਉਹਨਾਂ ਦੇ ਘਰੇ ਫੋਨ ਆਇਆ ਸੀਗਾ ਬਾਈ ਨੂੰ ਰੋਟੀ ਰੋਟੀ ਫੜਾ ਕੇ ਆਵਾਂਗੇ ਖੇਤ ਰੋਟੀ ਲੈ ਕੇ ਜਾਵਾਂਗੇ ਹਾਂ ਚੱਲ ਬਣਾ ਲਓ ਛੇਤੀ ਬਣਾ ਲਓ ਛੇਤੀ ਬਣਾ ਤੂੰ ਤਾਂ ਹੁਣ ਨਾਲ ਕਰਾਉਂਦੀ ਨਹੀਂ ਕੁਛ ਛੇਤੀ ਬਣਾ ਲਓ ਹੁਣ ਮੈਂ ਕਿਤੇ ਕੰਮ ਕਰਾਉਣ ਵਾਸਤੇ ਆ ਕਿਤੇ ਕਿਉਂ ਕੁੜੀਆਂ ਕੰਮ ਹੀ ਕਰਦੀਆਂ ਨੇ ਹੋਰ ਕੀ ਕਰਦੀਆਂ ਹੁੰਦੀਆਂ ਨੇ ਹਾਲੇ ਉਹਨਾਂ ਦੀ ਛੋਟੀ ਕੁੜੀ ਨੇ ਗੁੱਤਾ ਰਹਿੰਦੇ ਨੇ ਕਰਨ ਵਾਲੀਆਂ ਆਹ ਗੁੱਤਾ ਹੀ ਕਰਿਆ ਉਹਨੀਆਂ ਤੂੰ ਮੈਂ ਕਰਕੇ ਆਉਣੀ ਆ 2 ਮਿੰਟਾਂ ਚ ਆ ਗਈ ਮੇਰੇ ਅੰਦਰ ਦਾਲ ਬਣਾ ਦੇ ਰੋਟੀ ਲੈ ਕੇ ਜਾਣਾ ਸੀ ਨੇ ਚੰਗਾ ਨਾਲੇ ਅੰਗਰੇਜ਼ ਕੌਰ ਕਿੱਧਰ ਗਈ ਆਪਣੀ ਉਹ ਸੇ ਅੰਦਰ ਆ ਤਾਂ ਮੈਂ ਉਹਨੂੰ ਕਹਿ ਕੇ ਜਾਣੀ ਆ ਚੰਗਾ ਕਹਿ ਜਾ ਦਾਲ ਬਣਾ ਦੋ ਬੁੱਢੀ ਹੁਕਮ ਲਾ ਕੇ ਤਾਂ ਹੀ ਗਈ ਹੈ ਜਿਵੇਂ ਕੋਈ ਅਫਸਰ ਨਹੀਂ ਲੱਗੀ ਹੁੰਦੀ ਹੈ ਸ਼ੀਸ਼ੇ ਚ ਤਰੇੜੀ ਆ ਗਈ ਬੜ ਪਾਉਂਦੀ ਨੇ ਧਿਆਨ ਜਦੋਂ ਮਾਰਿਆ ਓਏ ਹੋਏ ਕੀ ਬਾਤਾਂ ਨੇ ਭਾਬੀ ਬੜੀ ਸੋਹਣੀ ਬਣੀ ਫਿਰਦੀ ਆ ਇੱਕ ਤਾਂ ਤੇਰਾ ਨਾਂ ਅੰਗਰੇਜ਼ ਕੌਰ ਆ ਦੂਜੀ ਤੂੰ ਹੈਗੀ ਅੰਗਰੇਜ਼ਾਂ ਵਰਗੀਆਂ ਤੇ ਤੀਜਾ ਸ਼ੀਸ਼ਾ ਕਦੋਂ ਚੱਕਿਆ ਤੇ ਤਰੇੜ ਪਾਉਣੀ ਆ ਸੱਚੀ ਉਦੋਂ ਨਹੀਂ ਰਹਿਣ ਦਿਆ ਕਰ ਤੂੰ ਨਾ ਬਾਲੇ ਮਸਕੇ ਨਾ ਲਾਇਆ ਕਰ ਪਤਾ ਹੀ ਆ ਮੈਨੂੰ ਤੇਰਾ ਲੈ ਕਦੇ ਤਾਂ ਕਹਿੰਦੀ ਮੇਰੀ ਤਾਰੀਫ ਨਹੀਂ ਕਰਦੀ ਜੇ ਮੈਂ ਤਾਰੀਫ ਕਰਦੀ ਆ ਫਿਰ ਮਸਕੇ ਬਣਾ ਦਿੰਦੀ ਆ ਚੱਲ ਭਾਈ ਐਦੂ ਵਾ ਤਾਂ ਨਹੀਂ ਕਰਦੇ ਤਾਰੀਫ ਮੇਰੀ ਤਾਂ ਕਰਦੇ ਤੂੰ ਤਾਂ ਹੈ ਹੀ ਸੋਹਣੀ ਆ ਤੇਰੀ ਕਿਹੜੀ ਤਾਰੀਫ ਕਰਾਂ ਮੈਂ ਦੱਸ ਜੇ ਮੈਂ ਸੋਹਣੀ ਆ ਮੇਰਾ ਨਾਂ ਵੀ ਸੋਹਣਾ ਜਿਹਾ ਰੱਖਣਾ ਸੀ ਤੇਰਾ ਲੈ ਦੱਸ ਬੁੜੇ ਤਾਰੋ ਕਿਤੇ ਮਾੜਾ ਨਾ ਤੇਰਾ ਇੰਨਾ ਸੋਹਣਾ ਤਾਂ ਨਾਂ ਗਾ ਪਰ ਤੂੰ ਕਿਹੜਾ ਭਾਬੀ ਉਦੋਂ ਹੁੰਦੀ ਸੀ ਜੇ ਤੂੰ ਹੁੰਦੀ ਨਾ ਫਿਰ ਮੇਰਾ ਵੀ ਨਾਂ ਇਹੋ ਜਿਹਾ ਰੱਖਣਾ ਸੀ ਤੂੰ ਆਪਦੇ ਵਰਗਾ ਨਹੀਂ ਐਵੇਂ ਲੱਗਦਾ ਤੇਰਾ ਨਾਂ ਵੀ ਬਲੇ ਹੀ ਸੋਹਣਾ ਗਾ ਮੈਨੂੰ ਤਾਂ ਬਾੜਾ ਸੋਹਣਾ ਲੱਗਦਾ ਅੜੀਏ ਤੈਨੂੰ ਲੱਗਦਾ ਅੱਛਾ ਹਾਂ ਚੱਲ ਚੰਗਾ ਹੁਣ ਜੇ ਤੇਰੀ ਆ ਲਿਸ਼ਕ ਮੁਸ਼ਕ ਜੀ ਹੋ ਗਈ ਹੋਵੇ ਸ਼ੀਸ਼ੇ ਵਾਲੀ ਤਾਂ ਉੱਠ ਕੇ ਨਾ ਜਰਾਮ ਜੀ ਬਾਹਰ ਆ ਜਾਓ ਬਾਈ ਹੋਰਾਂ ਦਾ ਫੋਨ ਆਇਆ ਸੀ ਕਾਲੋ ਕੇ ਘਰੇ ਕੀ ਕਹਿੰਦੇ ਖੇਤ ਰੋਟੀ ਲੈ ਕੇ ਜਾਣੀ ਆ ਭੁੱਖਾ ਮਰੀ ਜਾਂਦਾ ਬਾਈ ਵਿਚਾਰਾ ਸਵੇਰ ਦਾ ਬਈ ਹਾਂ ਸੱਚ ਬੀਬੀ ਨੇ ਕਿਹਾ ਸੀਗਾ ਵੀ ਦਾਲ ਬਣਾਉਣੀ ਆ ਛੇਤੀ ਭਗ ਜਾ ਬੀਬੀ ਨੂੰ ਮੈਂ ਹੁਣ ਨਾ ਕੱਦੂ ਫੜਾ ਕੇ ਆਈ ਆ ਅੱਛਾ ਕੱਦੂ ਕਿੱਥੋਂ ਲੈ ਕੇ ਆਈ ਆ
कालो की मां ने दिते ने ओदिया मीडिया गातिया सी मैं खुश होके ऐसी जी मीडिया कितिया सी जमा खुश होके कद्दू देते चल ठीक है चल चंगा फिर मैं बनवा दा सब हां तू पक जा हुन मैं शीशा देख ला हां नी शीशे नु तरेड़े आ गई बाल बोंदी ने त्यान जदों मारिया नी एक मेरी अख काशनी ओ दूजा रात दे ओ निंदरे ने मारे आनी एक मेरी अख काशनी खड़ जा तेनू मैं पौनिया गाने जे ते तू कम नहीं कराया जांदा नाल दी भरजाई दे बीबी बाड़ी मच्चू मच्चू करदियां सारा दिन तू नहीं मच्चू नहीं खेत रोटी आनी है चाह गुड़ मन ला दूध पा ला इतने ओ असी सब्जी रोटी कर दने आ किड्डा बड़ा काम गणाया एक सेकंड दा खेड़ा दा मेरा मैं हुन बन देनी है तू दाल दा बना दे मैं नहीं मेरी गल सुन ਕੁਮਾਰੀਆਂ ਕੁੜੀਆਂ ਸਿੱਖਾ ਨਹੀਂ ਦੇਖਦੀਆਂ ਹੁੰਦੀਆਂ ਦੇਖੀ ਜਾਂਦੀਆਂ ਨਹੀਂ ਕਾਏ ਗਾਣੇ ਨਹੀਂ ਗਾਉਂਦੇ ਜੋ ਕੋਈ ਬਾਹਰੋਂ ਆ ਜੇ ਤਾਇਆ ਚਾਚਾ ਲੈ ਮੈਂ ਤਾਂ ਕਾਲੋ ਕੀ ਕਰੀ ਵੀ ਗਾ ਕੀ ਹੈ ਮੇਰੇ ਕੁੜੀ ਤੇ ਮਸਾਂ ਜਵਾਨੀ ਚੜੀ ਹੈ ਸਭ ਕੁਝ ਬੋਲਦੇ ਨੇ ਲੋਕ ਗੱਲਾਂ ਬਣਾ ਲੈਂਦੇ ਹੁੰਦੇ ਨੇ ਸਿਆਣੀ ਬਣ ਕੇ ਰਹੀ ਹੁੰਦੀ ਹੈ ਬੀਬਾ ਰਾਣੀ ਬੀਬੀ ਮੈਨੂੰ ਨਾਨੀ ਸਾਰਾ ਕੁਝ ਦੱਸਦੀ ਹੁੰਦੀ ਤੂੰ ਕੀ ਕੁਝ ਕਰਦੀ ਹੁੰਦੀ ਸੀ ਜਦੋਂ ਮੇਰੇ ਵਰਗੀ ਸੀ ਨਾ ਘੱਗਰਾ ਪਾ ਕੇ ਲੰਘਦੀ ਹੁੰਦੀ ਸੀ ਮੈਨੂੰ ਸਾਰਾ ਪਤਾ ਨਹੀਂ ਉਹ ਤਾਂ ਹੁਣ ਨੰਗਣਾ ਹੀ ਹੈ ਜਦੋਂ ਪਿੰਡ ਦਾ ਰਿਵਾਜ ਸੀ ਘੱਗਰੇ ਪਾਉਣ ਦਾ ਤੇ ਫਿਰ ਹੁਣ ਗਾਉਣ ਨਾਲ ਕੀ ਹੋ ਗਿਆ ਦੱਸ ਐਨੀ ਗਾਈਦਾ ਹੁੰਦਾ ਤੈਨੂੰ ਨਹੀਂ ਪਤਾ ਅੱਜ ਕੱਲ 100 ਗੱਲ ਬਣਾਉਂਦਾ ਅਗਲਾ ਚੰਗਾ ਕਾਈਆਂ ਚਾਚੀਆਂ ਅਗਲੀ ਕਹਿੰਦੀ ਆਟਾ ਪੁੱਟੋ ਪੁ ਕਰਦੀ ਤੂੰ ਪਹਿਲੇ ਕਹਿੰਦੀ ਛੋਟੀ ਕੁੜੀ ਬਣਾ ਗਲੀਆਂ ਚ ਵੇੜੇ ਦਿੰਦੀ ਆ ਮਹਾ ਕੁੜੇ ਉਹਦੇ ਤਾਂ ਸਵਾ ਹੀ ਹੈ ਭਣੇ ਸਾਡੀ ਕੁੜੀ ਦਾ ਤਾਂ ਇਹੋ ਜੀ ਕੋਈ ਗੱਲ ਨਹੀਂ ਚੰਗਾ ਆ ਜਾ ਕੰਮ ਕਰਾ ਚਾਹ ਕੋ ਬੰਨ ਦੇ ਪਤਾ ਨਹੀਂ ਕੀ ਦੇ ਗਈ ਆ ਮੱਛੜ ਜੀ ਬੇਬੇ ਸ਼ੀਸ਼ਾ ਹੀ ਨਹੀਂ ਦੇਖਣ ਦਿੰਦੀ ਕੁਵਾਰੀਆਂ ਕੁੜੀਆਂ ਸ਼ੀਸ਼ਾ ਨਹੀਂ ਦੇਖਦੀਆਂ ਹੁੰਦੀਆਂ ਕੁਵਾਰੀਆਂ ਕੁੜੀਆਂ ਬਾਹਰ ਨਹੀਂ ਜਾਂਦੀਆਂ ਹੁੰਦੀਆਂ ਕੁਵਾਰੀਆਂ ਕੁੜੀਆਂ ਗਾਉਂਦੀਆਂ ਨਹੀਂ ਹੁੰਦੀਆਂ ਫਿਰ ਕੁਵਾਰੀਆਂ ਕੁੜੀਆਂ ਕਰਦੀਆਂ ਕੀ ਹੁੰਦੀਆਂ ਨੇ ਚਲ ਛੱਡ ਤਾਰੋ ਇਹ ਤਾਂ ਹੈ ਹੀ ਇਹੀ ਜੀ ਆ ਚਾਹ ਗੁੜ ਬੰਨ ਦੇ ਕਿਤੇ ਬਾਈ ਉਹਨਾਂ ਦਾ ਦੁਬਾਰੇ ਫੋਨ ਆ ਜਾਏ ਉਹਨਾਂ ਦੇ ਘਰੇ ਫਿਰ ਕਾਲ ਹੋ ਰਹੀ ਆਊਗੀ ਐ ਨਹੀਂ ਪਤਾ ਬੀਬੀ ਦਾ ਤਾਂ ਕਾਲ ਉਹਦੇ ਗਲੇ ਪੈ ਗਈ ਪਾਣੀ ਵੀ ਲੈ ਜਾਂਦੀਆਂ ਨਹੀਂ ਬੇਬੇ ਇਹਦੇ ਵਿੱਚ ਹੋਰ ਕੀ ਲੱਸੀ ਪਾਉ ਪਾਣੀ ਤਾਂ ਹੈਗਾ ਲੱਸੀ ਲੈ ਕੇ ਨਹੀਂ ਗਈਆਂ ਲੱਸੀ ਤਾਂ ਉਹ ਕਹਿੰਦੇ ਦੂਜਿਆਂ ਦਾ ਮੰਗਾ ਲਾਂਗੇ ਜਿਹੜੇ ਹੋਰ ਆਏ ਹੋਏ ਨੇ ਨਾਲ ਅੱਛਾ ਚਲ ਚੰਗਾ ਸਾਰਾ ਕੁਝ ਧਰ ਲਿਆ ਯਾਦ ਕਰਕੇ ਹਾਂ ਬੀਬੀ ਰੱਖ ਲਿਆ ਸਾਰਾ ਸਮਾਨ ਘਰ ਨਾਲੇ ਕਿਹੜਾ ਸਿੱਧੀਆਂ ਰੋਟੀ ਲੈ ਜਿਓ ਇੰਨਾ ਮੱਛੀਆਂ ਫਰੀ ਉੱਥੇ ਬਾਣਾ ਚ ਲੈ ਫੰਗਾ ਬੀਬੀ ਮੁੱਠੀ ਰੋਟੀ ਕਿਹੜੀ ਹੁੰਦੀ ਆ ਸਿੱਧੀ ਲੈ ਜਾਂਦੇ ਹੁੰਦੇ ਨੇ ਸਾਰੇ ਨਹੀਂ ਤੂੰ ਵਾਲਾ ਜਾਨੀ ਕਿ ਨਾਲੇ ਇਹਨੂੰ ਤੰਗ ਕਰਦੀ ਆ ਨਾਲੇ ਆਪ ਫਿਰਦੀ ਰਹਿੰਦੀ ਆ ਲੈ ਫੜ ਮੈਂ ਨਹੀਂ ਜਾਂਦੀ नी मेरी गल सुन ला आ सिर ते चुन्नी चन्नी ले लिया कर लोग विचार करदे आ कुमारी कुड़ियां दी बाबो ਨੀ ਤੂੰ ਵੀ ਰਲ ਗਈ ਨੀ ਬੀਬੀ ਨਾਲ ਜਮਾ ਹੀ ਪਹਿਲਾਂ ਉਹਨੇ ਟੋਕਿਆ ਮੈਨੂੰ ਕਹਿੰਦੇ ਕੁਵਾਰੀਆਂ ਕੁੜੀਆਂ ਸ਼ੀਸ਼ਾ ਨਹੀਂ ਦੇਖਦੇ ਹੁੰਦੇ ਤੇ ਤੂੰ ਕਹਿੰਦੀ ਹੁਣ ਸੱਤੇ ਚੁੰਨੀ ਲੈ ਲਾ ਮੇਰੀ ਗੱਲ ਸੁਣੀ ਪਹਿਲਾਂ ਤੂੰ ਇੱਥੇ ਆਪਦੇ ਸਹੁਰੇ ਘਰੇ ਆਈ ਹੋਈ ਆ ਹੁਣ ਤੂੰ ਸੱਤੇ ਚੁੰਨੀਆਂ ਲੈਣੀ ਆ ਜਦੋਂ ਮੈਂ ਆਪਦੇ ਸਹੁਰੇ ਵਾਂਗੀ ਮੈਂ ਲੈ ਲਿਆ ਕਰੂੰਗੀ ਨਹੀਂ ਨਹੀਂ ਮੈਂ ਤਾਂ ਆਪਦੇ ਪੇਕੇ ਪਿੰਡ ਵੀ ਲੈਂਦੀ ਹੁੰਦੀ ਸੀਗੀ ਇੱਥੇ ਨਹੀਂ ਲੈਂਦੀ ਕਲੀ ਇੱਥੇ ਤਾਂ ਲੈਣੀਆਂ ਲੈਣੀਆਂ ਪੇਕੇ ਘਰੇ ਵੀ ਚੁੰਨੀਆਂ ਲੈਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਨਾ ਭਈ ਆਪਣੀ ਤਾਂ ਸਿੱਧੀ ਹੀ ਗੱਲ ਆ ਆਪਾਂ ਤਾਂ ਨਹੀਂ ਲੈਂਦੇ ਹੈਗੇ ਸੱਤੇ ਚੁੰਨੀਆਂ ਚਾਨਾ ਜਾ ਉੱਥੇ ਜਾ ਕੇ ਵੀ ਤਾਂ ਲੈਣਾ ਹੀ ਪਿਆ ਕਰੂ ਨਾਲੇ 4 ਦਿਨ ਤਾਂ ਐਸ਼ ਹੁੰਦੀ ਆ ਉਹ ਵੀ ਬੇਬੇ ਬਾਪੂ ਦੇ ਘਰੇ ਚੱਲ ਨਹੀਂ ਆ ਜਾ ਤੇਰੇ ਨਾਲ ਕੌਣ ਮੱਥਾ ਮਾਰੇ ਨਾਲੇ ਮੇਰੀ ਗੱਲ ਸੁਣ ਨਹੀਂ ਤੇਰਾ ਰਿਸ਼ਤਾ ਕਰਾਵਾਂ ਹਾਏ ਮੇਰਾ ਰਿਸ਼ਤਾ ਹਾਂ ਬਾਬੂ ਤੂੰ ਕਿਹਦੇ ਨਾਲ ਕਰਾਏਂਗੀ ਮੇਰਾ ਰਿਸ਼ਤਾ ਨਹੀਂ ਕੋਈ ਨਹੀਂ ਆ ਸਾਡੀ ਰਿਸ਼ਤੇਦਾਰੀ ਚ ਬਥੇਰੋ ਮੁੰਡੇ ਆ ਗਏ ਕਿਸੇ ਨਾ ਤਾਂ ਵਧੀਆ ਸੋਹਣੇ ਜਨਾਬ ਤੇਰਾ ਰਿਸ਼ਤਾ ਕਰਵਾਈ ਦੇਉਂਗੇ ਰਹਿਣ ਦੇ ਭਾਬੋ ਜਦੋਂ ਮੈਂ ਤੇਰੇ ਭਾਈ ਦੇ ਵਿਆਹ ਗਈ ਸੀ ਨਾ ਉੱਥੇ ਸਾਰੇ ਆਦਮੋਲੇ ਤੇਰੇ ਫਿਰਦੇ ਸੀ ਭਾਈ ਮੈਂ ਨਹੀਂ ਤੇਰੇ ਪਿੰਡ ਕਰਾਉਂਦੀ ਕੋਈ ਲੈ ਨਹੀਂ ਤੂੰ ਤਾਂ ਮੇਰੇ ਮੂੰਹ ਤੇ ਮੇਰੇ ਪੇਕੇ ਪਿੰਡ ਨੂੰ ਨਿੰਦੀ ਜਾਂਦੀ ਆਂਗੀ ਤੇਰਾ ਤਾਂ ਲੋੜਾ ਮੈਂ ਤਾਂ ਕੱਲੇ ਮੁੰਡਿਆਂ ਨੂੰ ਨਿੰਦਦੀ ਆਂ ਕੁੜੀਆਂ ਦਾ ਨਹੀਂ ਨਿੰਦਦੀ ਲੈ ਭਾਬੀ
ਤਿਆਰ ਹੋ ਕੇ ਕਿੱਥੇ ਚੱਲੀ ਆ? ਲੈ ਬੇ ਦੇਵਰਾ, ਤੇਰ ਕੋਈ ਕਸਰ ਰਹਿ ਗਈ ਸੀਗੀ, ਤੂੰ ਵੀ ਕਰ ਲੈ ਟੀਚਰਾਂ ਵੇ। ਮੈਂ ਤਾਂ ਖੇਤ ਚੱਲੀ ਆ ਤੇਰੇ ਬਾਈ ਦੀ ਰੋਟੀ ਫੜਾਉਣ। ਲੈ ਆ ਵੀ ਮੈਨੂੰ ਦੱਸ ਦਿੰਦੀ, ਮੈਂ ਲੈ ਜਾਂਦਾ ਮੋਟਰਸਾਈਕਲ ਤੇ ਫੜਾਇਆ ਆਉਂਦਾ ਦੱਸ ਦਿੰਦੇ ਤੇ ਪਹਿਲਾਂ। ਵੇ ਨਹੀਂ, ਤੂੰ ਕਿੱਥੇ ਜਾਏਗਾ, ਚੱਲ ਕੋਈ ਨੀ, ਅਸੀਂ ਆਪੇ ਤੁਰੀਆਂ ਜਾਵਾਂਗੀਆਂ। ਲੈ ਹੋਰ ਹੁਣ ਨਾਲੇ ਮੈਂ ਅਮਰੂਦ ਵੀ ਤਾਂ ਖਾ ਕੇ ਆਉਣੇ ਬਾਈ ਖੇਤੋਂ। ਆਹੋ, ਤੇਰਾ ਕਾਹਨੂੰ ਸਰਦਾ ਅਮਰੂਦ ਖਾਏ ਪੈਣਾ। ਲੈ ਦੇਖ ਲੈ ਭਾਬੀ ਐ ਕਰਦਾ, ਨੀ ਤੈਨੂੰ ਪਤਾ ਤਾਂ ਹੈਗਾ ਇਹਦਾ, ਇਹ ਤਾਂ ਆਦਤ ਹੀ ਹੈ। ਲੈ ਚੱਲ ਭਾਬੀ, ਮੈਂ ਫੜਾ ਜਾਂਦਾ ਰੋਟੀ, ਮੈਨੂੰ ਫੜਾ ਦੋ। ਅੱਛਾ, ਹੁਣ ਤੂੰ ਬੁੜੀ ਬਣੇਗਾ, ਬੱਠਲ ਸਿਰ ਤੇ ਚੱਕ ਕੇ ਰੋਟੀ ਫੜਾ ਕੇ ਆਏਗਾ, ਆਹੀ ਕਸਰ ਹੈਗੀ ਸੀ। ਆਹੀ ਤਾਂ ਕਿਹਾ, ਮੈਂ ਘਰੇ ਬਾਗੇ ਨਾ ਸਾਈਕਲ ਲੈ ਆਉਂਦਾ, ਮੋਟਰਸਾਈਕਲ ਲੈ ਆਉਂਦਾ ਤੇ ਫੜਾ ਆਉਂਦਾ। ਵੇ ਬਾਈ, ਤੂੰ ਜਿੱਧਰ ਜਾਂਦਾ ਸੀ ਆਪਦੇ ਕੰਮ ਭੱਗ ਜਾ, ਸਾਡੀ ਤਾਂ ਰੋਜ਼ ਦੇ ਕੰਮ ਐ, ਸਾ ਤੁਰ ਕੇ ਜਾਂਦੇ ਹੁੰਦੇ ਖੇਤ। ਹਾਂ ਠੀਕ ਐ ਠੀਕ ਐ, ਫਿਰ ਜਾਊਗਾ। ਹਾਂ ਆਇਆ ਭਾਬੀ। ਭਾਬੀ ਇਹ ਤਾਂ ਬੜੀ ਇਹੋ ਜਿਹਾ ਸੁਭਾਅ ਹੈ ਨਾ, ਲੈ ਰਾਜਾ ਦੀ ਰੋਕ ਦਿੰਦਾ। ਮੈਂ ਤਾਂ ਕੋਈ ਨੀ ਥੱਕੀ। ਤੇਰਾ ਭਾਈ ਟਾਈਮ ਹੈ, ਤੂੰ ਨਹੀਂ ਥੱਕੀ, ਮੈਂ ਤਾਂ ਸਭ ਥੱਕ ਗਈ। ਤੇਰਾ ਟਾਈਮ ਕਿਹੜਾ ਗਿਆ ਭਾਬੋ, ਹਾਲੇ ਕਿਹੜਾ ਤਾਂ ਬੁੜੀ ਹੋ ਗਈ ਸੁੱਖ ਨਾਲ। ਨਹੀਂ ਬਸ, ਬੁੜਿਆਂ ਨੂੰ ਕਿਹੜਾ ਘੱਟ ਹੈ। ਬਾਪੂ ਵੇ ਅੱਡ ਹੁੰਨੀਆਂ ਮੱਖਾਂ, ਬਾਪੂ ਵੇ ਅੱਡ ਹੁੰਨੀਆਂ, ਬਾਪੂ ਵੀ ਅੱਡ ਹੁੰਦੇ, ਪਹਿਲਾਂ ਅੱਡ ਹੋਣਾ ਆਉਂਦੇ ਘਰੇ, ਬਸਤਾ ਜਾ ਆਪਦੇ ਬਾਪੂ ਨਾਲ ਅੱਡ ਹੋਊ ਮੈਂ। ਬਾਪੂ ਤੂੰ ਕਲੀ ਡੰਡੇ ਵਜਾਉਂਦੀ ਫਿਰੀ ਬੇਬੇ, ਸਿੱਧੀ ਨੀ ਬੋਲਦੀ ਤੂੰ ਤਾਂ। ਸਿੱਧੀ ਕਿਵੇਂ ਬੋਲਾ, ਹੋਰ ਪੁੱਠੀ ਬੋਲਦੀ ਆ, ਬੋਲੂ ਤਾਂ ਸਿੱਧੀ ਕੋਈ। ਮੈਨੂੰ ਸਾਰੀ ਨੈਣਾ ਸੁਣ ਗਈ ਸੀ ਤੇਰੀ, ਹੁਣ ਕੀ ਕਹੀ ਜਾਂਦੀ ਸੀ ਮੈਨੂੰ? ਸੁਣ ਕੇ ਮੈਂ ਮੇਰੀ ਗੱਲ ਸੁਣ, ਤੜਕੇ ਦੀਆਂ ਔਖੀਆਂ ਦੋਨੇ ਨਾਲ ਤੇ ਭਰਜਾਈ ਡੱਕਾ ਕੰਮ ਦਾ ਕੀਤਾ, ਸਾਰਾ ਉਂਝ ਕੁਛ ਛੱਡ ਗਈ ਆ। ਮੈਂ ਤਾਂ ਮਸਾਂ ਕਰਕੇ ਵੇਲਾ ਪੂਰਾ ਕਰਦੀ ਆ, ਗੋਡੇ ਦੁਖੀ ਜਾਂਦੇ ਨੇ ਮੇਰੇ। ਕੀ ਸੁੱਖ ਹੋਇਆ ਸੁਣ? ਰਸੋਈ ਤਾਂ ਮੈਂ ਸਾਫ਼ ਕਰੀਏ ਤੜਕੀ। ਆਹ ਕੀਤੀ ਰਸੋਈ ਤੂੰ ਸਾਫ਼, ਤੂੰ ਤਾਂ ਸਾਫ਼ ਕਰਕੇ ਰੰਗ ਲਾ। ਚੱਲ ਕੋਈ ਨੀ ਬੀਬੀ, ਬਾਲਾ ਵੀ ਨਾ ਕਿਹਾ ਕਰ, ਸਾਰਾ ਦਿਨ ਨਾਲ ਲੜਿਆ ਕਰੋ ਉਹਨੂੰ, ਜਿੰਨਾ ਕੁ ਕੰਮ ਹੋਇਆ ਸਾਡੇ ਤੋਂ ਅਸੀਂ ਕਰ ਗਏ, ਬਾਕੀ ਕੋਈ ਨੀ ਅਸੀਂ ਹੁਣ ਕਰ ਲੈਂਦੇ ਹਾਂ। ਬਥੇਰਾ ਤੁਰਿਆ, ਉਹ ਜਾਂਦੀ ਸੀ ਰੋਈਆਂ ਚ ਰੋਟੀਆਂ, ਅੱਗੇ ਅੱਗੇ ਟੋਕਰੇ ਆਉਂਦੇ ਸੱਤੇ ਗੋਦੀ ਤੇਰੇ ਵਰਗੀਆਂ ਮੀਡਲੀਆਂ ਹੀ ਚੱਕੀਆਂ ਹੁੰਦੀਆਂ ਸੀਗੀਆਂ, ਉਦੋਂ ਕਿਹੜਾ ਕੋਈ ਘਰੇ ਰੱਖ ਲੈਂਦਾ ਸੀ, ਰਾਤ ਨੂੰ ਨਾਲ ਹੀ ਲੈ ਜਾ। ਮੈਨੂੰ ਤਾਂ ਨਾ ਕਦੇ ਕਦੇ ਐ ਭੁਲੇਖਾ ਜਿਹਾ ਪੈਂਦਾ ਵੀ ਤੂੰ ਮੇਰੀ ਬੇਬੇ ਨੀ ਹੈਗੀ, ਇਹਦੀ ਬੇਬੇ ਆ। ਇਹਨੂੰ ਕੁਛ ਨੀ ਕਹਿੰਦੀ ਭਾਬੀ ਨੂੰ, ਨੀ ਇਹਨੂੰ ਕਿਵੇਂ ਕਹੇਗਾ, ਆਪਦੀ ਲਾਡਲੀਆਂ ਨੂੰ ਇੰਨੇ ਹੁੰਦੇ ਨੇ। ਅੱਛਾ, ਫਿਰ ਭਾਬੀ ਤੇਰੀ ਲਾਡਲੀ ਹੈ ਨੀ ਕਿਉਂ? ਨੀ ਲਾਡਲੀ ਤਾਂ ਹੈਗੀ ਹੈ, ਫਿਰ ਵੀ ਤੂੰ ਆਪ ਹੀ ਸਮਝ ਲਾ, ਤੂੰ ਕਿਹੜਾ ਨਿਆਣੀ ਹੈ, ਫਿਰ ਤੇਰੀ ਇੰਨੀ ਕੋਈ ਗੱਲ ਦੀ ਸਮਝ ਤਾਂ ਹੁੰਦੀ ਹੈ। ਨੀ ਕੋਈ ਨਾ ਤਾਰੂ, ਐਵੇਂ ਕਾ ਤੂੰ ਬੀਬੀ ਨਾਲ ਸਾਰਾ ਦਿਨ ਅੜਦੀ ਹੁੰਦੀ ਹੈ, ਤੈਨੂੰ ਪਤਾ ਤਾਂ ਹੈਗਾ, ਜੇ ਉਹ ਤੈਨੂੰ ਨਾ ਕਹੂਗੀ ਕੋਈ ਗੱਲ ਬਾਤ, ਫਿਰ ਹੋਰ ਕਿਹਨੂੰ ਕਹੂਗੀ? ਫਿਰ ਤੈਨੂੰ ਕਹਿੰਦੇ? ਨੀ ਕੋਈ ਨੀ, ਮੈਨੂੰ ਵੀ ਕਹਿੰਦੀ ਹੁੰਦੀ ਆ, ਜਦੋਂ ਮੇਰਾ ਟਾਈਮ ਆਉਂਦਾ ਉਦੋਂ ਮੈਨੂੰ ਕਹਿ ਦਿੰਦੀ ਆ। ਚੱਲ ਕੋਈ ਨਾ, ਮੈਂ ਤੇ ਭਾਬੀ ਨੇ ਤਾਂ ਨਾ ਉੱਥੇ ਹੁਣ ਏਕਤਾ ਕਰਕੇ ਆਏ ਬਾਹਰੋਂ ਸਿੱਖ, ਮੈਨੂੰ ਦੱਸਦੀ ਨੀ ਅਸੀਂ। ਪਹਿਲਾਂ ਮੈਨੂੰ ਐਂ ਦੱਸ, ਉੱਥੇ ਗੇੜੇ ਗੂੜੇ ਤਾਂ ਨੀ ਕੱਤੇ ਸਾਰੇ ਉਹਨਾਂ ਦੇ ਮਾਣਾ ਉੱਤੋਂ ਦੀ? ਨਹੀਂ ਨਹੀਂ ਬੀਬੀ, ਕੋਈ ਗੇੜਾ ਨੀ ਦਿੱਤਾ, ਅਸੀਂ ਤਾਂ ਰੋਟੀ ਫੜਾ ਕੇ ਬਸ ਤੇ ਖਵਾ ਕੇ ਉਹਨੂੰ ਤੇ ਬਾਕੀ ਸਾਂਭ ਕੇ ਰੋਟੀ ਪਾਣੀ, ਤੇ ਅਸੀਂ ਤਾਂ ਮੁੜੇ ਆਂਗਾ। ਹੋਰ ਉਹ ਲੰਬੂ ਜਿਹਾ ਵੀ ਟੱਕਰ ਗਿਆ ਨਾ ਆਪਾਂ ਨੂੰ। ਲੰਬੂ ਜਿਹਾ ਕੁੜੇ ਨਾ, ਦੱਸ ਦੋ ਦੱਸ ਦੋ, ਹੁਣ ਤਾਂ ਤੁਹਾਡੀਆਂ ਮੈਂ ਦੋਨਾਂ ਦੀਆਂ ਅੱਖੀਂ ਪੜ ਲਈਆਂ, ਜਿਹੜੀ ਬਹਿ ਤਾਂ ਤੁਸੀਂ ਕਰਦੀ ਹੋ। ਲੈ ਦੇਖੀ ਐ ਕਹਿੰਦੀ ਬੀਬੀ ਤੂੰ ਤਾਂ, ਉਹ ਤਾਂ ਉਹ ਸੀਗਾ ਉਹਨਾਂ ਦਾ ਗੇਜਾ, ਫੇਰ ਕੀ ਕਹਿੰਦਾ ਸੀ ਉਹ ਬਾਈ ਸੀ, ਕਹਿੰਦਾ ਭਾਬੀ ਨੂੰ ਕਹਿੰਦਾ ਸੀ, ਕਹਿੰਦਾ ਬੜੀ ਭਰਿੰਡ ਜਿਹੀ ਬਣੀ ਫਿਰਦੀ ਆ। ਉਹ ਨਹੀਂ ਬੀਬੀ, ਐ ਗੱਲ ਕਹਿੰਦਾ ਸੀ। ਕੋਈ ਨਾ, ਫੇਰ ਕੀ ਹੋ ਗਿਆ, ਦੇ ਹੋਰ ਤਾਂ ਮਾਹੌਲ ਕਰ। ਹਾਂ ਲੈ, ਉਹ ਵਿਚਾਰਾ ਪਤਾ ਕੀ ਕਹਿੰਦਾ, ਕਹਿੰਦਾ ਮੈਂ ਸੈਂਡਲ ਚੱਕ ਲਿਆਉਂਦਾ, ਕਹਿੰਦਾ ਮੈਂ ਰੋਟੀ ਫੜਾ ਜਾਂਦਾ ਖੇਤ। ਮੈਂ ਕਹਿੰਦਾ ਮਹਾਂ ਬਾਈ ਮੇਰੀ ਗੱਲ ਸੁਣ ਲੈ, ਮੇਰਾ ਬਾਈ ਆ, ਅਸੀਂ ਆਪ ਰੋਟੀ ਲੈ ਕੇ ਜਾਵਾਂਗੇ, ਮੈਂ ਤਾਂ ਜਾ ਨਹੀਂ ਦਿੱਤਾ ਉਹਨੂੰ। ਤੂੰ ਕਿਆ ਜਾਣ ਦਿੰਦੀ ਸੀ, ਤੂੰ ਤਾਂ ਹੋਰ ਉੱਥੇ ਥੋੜੇ ਦੂਰ ਹੋਰ ਸ਼ਹਿਰ ਚ ਪੱਟੇ ਕਰਕੇ ਆਉਣੇ ਸੀ। ਭਾਬੀ ਮੇਰੀ ਜ਼ੁਬਾਨ ਚੋਂ ਕਿੱਥੋਂ ਨਿਕਲ ਗਿਆ ਨਹੀਂ ਉਹਦਾ ਨਾਮ। ਉਹ ਨਹੀਂ ਬੀਬੀ, ਉਹ ਤਾਂ ਗੱਲ ਪਤਾ ਕੀ ਸੀ, ਉਹ ਤਾਂ ਵਿਚਾਰਾ ਉਧਰ ਖੇਤ ਕੰਨੀ ਜਾਂਦਾ ਹੋਊਗਾ, ਉਹ ਸਾਨੂੰ ਕਹਿਣ ਲੱਗ ਗਿਆ, ਕਹਿੰਦਾ ਚੱਲ ਤੁਸੀਂ ਤੁਰ ਕੇ ਕਿੱਥੇ ਜਾਓਗੀਆਂ, ਰੋਟੀ ਮੈਂ ਲੈ ਜਾਣਾ। ਫਿਰ ਅਸੀਂ ਉਹਨੂੰ ਆਖਿਆ ਸਾਡੇ ਕੋਲੇ ਤੁਹਾਨੂੰ ਪਤਾ ਸਮਾਨ ਬਾਹਲਾ ਸੀਗਾ, ਮੈਂ ਕਿਹਾ ਚੱਲ ਕੋਈ ਨੀ ਬਈ ਅਸੀਂ ਆਪ ਹੀ ਫੜਾ ਜਾਵਾਂਗੇ। ਚੰਗਾ ਹੋਇਆ ਆਪ ਫੜਾਇਆ ਆਈਆਂ। ਨਾਲੇ ਭਾਬੀ ਮੇਰੀ ਸੁਣ ਲੈ ਗੱਲ। ਹਾਂ ਸੁਣਾ। ਜਿਹੜੀ ਗੱਲ ਆਪਾਂ ਬਾਹਰ ਸਕੀਮ ਕੱਢ ਕੇ ਆ ਨਾ, ਉਹ ਬੀਬੀ ਨੂੰ ਦੱਸਣੀ ਨੀ।
ਤੇਰੇ ਰਿਸ਼ਤੇ ਵਾਲੀ ਵੀ ਤੂੰ ਰਿਸ਼ਤਾ ਕਰਾਏਂਗੀ ਆਪਦਾ ਮੇਰਾ ਉੱਥੇ ਉਹ ਸਕੀਮ ਨਾ ਦੱਸੀ ਜਾਂਗਾ ਕੀ ਨਾ ਸਕੀਮ ਦੱਸੇ ਨੇ ਅਸੀਂ ਸਕੀਮ ਬਣਾਈਏ ਦੋਵਾਂ ਨੇ ਨੰਡ ਭਰਜਾਈਆਂ ਨੇ ਤੁਸੀਂ ਕਿਵੇਂ ਬਣਾ ਲਓਗੇ ਤੁਸੀਂ ਵੱਡੀਆਂ ਦਾਦੀ ਹੋ ਕਿਉਂ ਆ ਦੇਖੋ ਮੇਰੀ ਮਾਮਾ ਵਰਗੀ ਹੈ ਭਰਜਾਈ ਲੈ ਮਾਮਾ ਵਰਗੀ ਨਾਲੇ ਹਲੇ ਕਿਧਰੋਂ ਮਾਮਾ ਵਰਗੀ ਹੋ ਗਈ ਇਹ ਤੇਰੇ ਵਰਗੀ ਇਹ ਹੈ ਕਦੇ ਤਾਂ ਕਹਿੰਦੀ ਵੱਡੀ ਤੇ ਥੋਂ ਕਦੇ ਕਹਿੰਦੀ ਤੇਰੇ ਵਰਗੀ ਆ ਮੇਰਾ ਐਂ ਕੀ ਕਹਿਣਾ ਹੁਣ ਵੱਡੀ ਹੈ ਵੱਡੀ ਤਾਂ ਹੁਣ ਤੇਰਾ ਭਰਾ ਵੱਡਾ ਤਾਂ ਵੱਡੀ ਬਣ ਜਾਂਦੀ ਹੈ ਉਮਰ ਚ ਤਾਂ ਨਹੀਂ ਵਾਹੀ ਵੱਡੀ ਅਸੀਂ ਸਕੀਮ ਬਣਾ ਕੇ ਲੈ ਕੇ ਆਏ ਆਂ ਭਾਬੋ ਰਾਣੀ ਕਹਿੰਦੀ ਮੈਂ ਆਪਦੇ ਪਿੰਡ ਦੇ ਰਿਸ਼ਤਾ ਲੈ ਕੇ ਜਾਊਂਗੀ ਪਰ ਮੈਂ ਤੈਨੂੰ ਸਕੀਮ ਨਹੀਂ ਦੱਸਦੀ ਵੀ ਕੀ ਬਣਾ ਕੇ ਆਏ ਮੇਰੀ ਗੱਲ ਸੁਣ ਪਹਿਲਾਂ ਤਾਂ ਬੇਅਕਲ ਇਹਦੇ ਪਿੰਡ ਤੇਰਾ ਰਿਸ਼ਤਾ ਕਿਵੇਂ ਹੋ ਜਾਊਗਾ ਭਾਬੋ ਕਹਿੰਦੀ ਮੈਂ ਹੋਰ ਕਹਿੰਦੀ ਨਹੀਂ ਬੀਬੀ ਐਂ ਕਾਹਨੂੰ ਕਿਹਾ ਸੀ ਇਹ ਤਾਂ ਹੁਣ ਉਹੀ ਗੱਲ ਉੱਥੇ ਬੌਲ ਮਾਰਦੀ ਹੈਗੀ ਨਾਲੇ ਤਾਂ ਉੱਥੇ ਗੱਲਾਂ ਕਰੇਗੀ ਨਾਲੇ ਆ ਕੇ ਕੇ ਦੱਸਣੀਆਂ ਨਾਲੇ ਸਾਰਾ ਕੁਝ ਤੈਨੂੰ ਦੱਸਦਾ ਜਿੱਥੇ ਭਰਾ ਵਿਆਹ ਹੈ ਹੁੰਦਾ ਉੱਥੇ ਥੋੜੀ ਵਿਆਹ ਦਾਂਗੇ ਤੈਨੂੰ ਅਸੀਂ ਹਾਏ ਤੂੰ ਆਪ ਹੀ ਤਾਂ ਕਿਹਾ ਸੀ ਨਹੀਂ ਬੀਬੀ ਐਂ ਨਹੀਂ ਕਿਹਾ ਸੀ ਵੀ ਮੇਰੇ ਪੇਕੇ ਕਰਾ ਦਿੰਨੀ ਆ ਮੈਂ ਤਾਂ ਉਹ ਕਿਹਾ ਸੀ ਮਹਾ ਕੋਈ ਮੁੰਡਾ ਭਾਲ ਲੈਣੇ ਤੇਰਾ ਰਿਸ਼ਤਾ ਕਰ ਦਿੰਨੇ ਆ ਹੋਰ ਇਹਨੂੰ ਕੀ ਕਹਿਣਾ ਤਾਂ ਤੂੰ ਹਲੇ ਤੋਂ ਵੱਡੀ ਦਾਦੀ ਕਿਧਰੋਂ ਆ ਗਈ ਰਿਸ਼ਤੇ ਵਾਲੀ ਬੈਠੇ ਆ ਸੀ ਰਿਸ਼ਤਾ ਕਰਨ ਵਾਲੇ ਕਿਹਾ ਸੀ ਨਾ ਨਾਮ ਕੀ ਦੱਸ बेचनी हो भाई बेच देंगे पर कहता सी मम्मी बेच देनी आपां भी चल कि ना कि कम दे देंदी है हौली है ना ये मोटरसाइकिल वगर भी पई जी है ओदे करके फिर असि बेच देनी है चल कोई ना ताई फिर मैं बाद च लै जो सलाह करके दस दियो है चंगा हां हट जा चाय बनाने भाई ना ना ताई बस बाद फिर आऊंगा चाय दे कुट पी जंदा ना ताई फिर आऊंगा बाद पी चंगा चंगा तेरी मर्जी है भाई टायर गली जांदे ने बेच दे ना बेच ही दिंदा चार पैसे बटते जांदे पर इहदी मां तां बिना बुलाए लंघ जांदी है इन्नी आकड़ है ये अज पता नहीं किवें आ गया साडे घरे कितने होर ना लुत्ती लाइया हूँ इन हेड़ हेड़ कर दिया दंद कट के बस मगरी ला लिया होगा बीबी टिंडे कट दे तू कट दी हां तू कट दी टिंडी तो जानी है आ देखी
ਨਹੀਂ ਬੀਬੀ ਐਵੇਂ ਕਾਹਨੂੰ ਕਰਦੇ ਰਹਿੰਦੇ ਹੋ ਬਸ ਨੀ ਬੈਠੀ ਰਿਹਾ ਕਰ ਤੂੰ ਵੀ ਇਹਦੀ ਸਾਰਾ ਦਿਨ ਪੂਛ ਚ ਬੜੀ ਰਹਿੰਦੀ ਹੈ ਤੂੰ ਬੁੜਬੁੜ ਕਾਹਨੂੰ ਕਰੀ ਫਿਰਦੀ ਐ ਦੱਸ ਮੈਂ ਕਰਾਂ ਨਾ ਮੈਨੂੰ ਐਂ ਦੱਸ ਪਹਿਲਾਂ ਉਹ ਮੁੰਡਾ ਜੇ ਕਦੇ ਆਇਆ ਨੀ ਕਰਿਆ ਨੀ ਆਪਣੇ ਉਹਨੂੰ ਕੀ ਕਹਿ ਕੇ ਹੋਈ ਤੁਸੀਂ ਮੁੰਡਾ ਮੁੰਡਾ ਕਿਹੜਾ ਉਹਨਾਂ ਦਾ ਗੇਜਾ ਹਫ਼ਤਾ ਦੀ ਮਾਂ ਚ ਸੋ ਮਣ ਪੱਕੀ ਅੱਕੜ ਹੈ लुतरो जी बाली लगी बोलना चंगा बीबी माफ कर दे गलती हो गई माफ कर दे नाले होर कहिंदा की सी मुंडे की रेह नहीं बेचांगे मेरी ता किथे पुगण जांदा मैं ता किदे दी कहनी बेच दे बेच दे वी किदे दी खड़ी है इत्थे हुण असीं कढ लईए बीबी फिर वग जा तूं कढ लो मेरे जान ना की हुंदा मैनूं पता इत्थे छोछे बोछे जी कर लग जाऊंगीआं हुण तुसीं बीबी जे तू बागी ना इन्हें सोने टिंडे निकल गए साढ़े तो तेरे सामने निकल दे हे मेरे सामने तो आपे नहीं निकल दे और ना देख पुत्थ बनी बैठी है ना हाँ ना ना ले बीबी हुण तुसी तां लड़ी जाने हो फिर मैं की बोलना लड़ी जाने ना ए होर तू ही तो सारा दिन इनू ओह रख दी है तंज ते बोलण बड़ा लग गई आप तां गाला खानी खानी है नाल मेरे भी पौनी है की गाला पौनी है देखी की कहंदी बेबे नु इना साब किताब जा कि मैं हां कहंदी मंगर ला रख्या नी फिर भी ओ बुढ़ी है ओनु पता सारीयां गल्लां दा नी फिर ओ ता मेरा भाई लगदा बेचारा ते तेरा भी ते दियोर होया भाई ए होया एक तरह दा की होया ता भाई हुण की पता बीबी दे मन च की जच गई की सोच के ओने आए कहता नी ए ता ही आड़ी ता ही कहदी हुनी आ वी राह थड़े जांदी आउंदी एवें ना बुलाया कर किसे नु हाय मैं बुलाया सी है बुलाया तो ने आप सी अगले ने ओ भी तैनू नहीं आप बुलाया सी फिर भी माड़ी मोटी अगले नु कह के गाहा लंघ जे तू ता पींगी पा लेनी उथे राह च हां तेनु माफ करता ना मैं उथे जे बीबी सामने आउण सर कहंदी ना मैं भी तेरी तारीफां करके गया हो देखी फिर दसूंगी कल नु कोई ना मिटदी मैं भी नहीं होना तू भी छड्ड के मेरा साथ भाभी ए रल गई तू भी बेबे नाल ही नी नन दे साथ कानू छड्या तेरा नी मैं ता तेनु आए कहनी आंगी भी देख ला बीबी किन्ना कुछ बोल के गई है एक माड़ी जी गल पिछे हुण आपां नु की पता हो सच्ची मिची काम आया जे की कर कारण करके आया हो नी की पता हुण किवें आया सी आहे जे ता है नी ओ बेचारा हुण मैनूं पता ही नहीं हैगा नाले छोटा हुंदा साडे नाल ही पढ़दा हुंदा सी नी पता ता मैनूं भी हैगा चल इहे जा ता कानू आ पर बीबी दे मन च ता जच गई मैनूं आए लगदा भी पता नहीं की सोचदी है की ना चल कोई ना सोची जाण दे नाले बीबी ता तैनूं पता ते हैगा उत्तों उत्तों ही बोलदी हुंदी आ दिल चोदे कुछ ही हुंदा नहीं होर नहीं भाभी हाय हाय एक मिनट खड़ जा हाँ खड़ तू तो सारा दिन तूड़ी ना तूड़ी हुई रहनी है नहीं तूड़ी क्यों वो देख ला रिंगी जांदियां तू रे आ मेरे लवे हाँ दस फिर की हुंदे हुंदे धोण वाले कपड़े रखदे नहीं हुंदे घरे माड़े हुंदे ने धोए लियाउने आपां लग गया था कानू माड़े हुंदे ने तैनू किने कहता नाले तू कदे वास्ते जाना नहीं मेरे नाल ता बेबे जांदी हुंदी आ लै पिछली बार मैं गई ता सीगी तेरे नाल सूए ते कपड़े धोण देखी मैनू लै जी हाड़ी भाभी बन के ऐतकी कोई ना ना मैनू ऐ दस तू वाला किवें कही जानी वी मैनू नाल लै जी हुण ता तैनू पता मैं कम्मां नूं टालदी हुंनी आ हुण मेरा कोई उत्थे कारण वी ता हो सकदा जाण दा पहला तू मेरे नाल वादा कर तू बीबी नूं नहीं दसदी नहीं की गल है नहीं ओ डरन वाली गल नहीं ओ ता हैगी सी गल ਜਿਹੜੀ ਮੈਂ ਕੱਲੀ ਤੇਰੇ ਕੋਲੇ ਕਰ ਸਕਦੀ ਹਾਂ ਬਸ ਚੱਲ ਤਾਂ ਅੜੀਏ ਤੂੰ ਤਾਂ ਮੈਨੂੰ ਸੋਚ ਜੀ ਲਾਤੀ ਛੇਤੀ ਦੱਸ ਕੀ ਗੱਲ ਹੈ ਉਹ ਤਾਂ ਐਵੇਂ ਕਹਿੰਦੀ ਸੀ ਮੈਂ ਜਦੋਂ ਮੈਨੂੰ ਪਿਛਲੇ ਹਫ਼ਤੇ ਸੂਏ ਤੇ ਲੈਣ ਗਈ ਸੀ ਨਾ ਕੱਪੜੇ ਧੋਣ ਲੈ ਕੇ ਗਈ ਸੀ ਨਾ ਤੇ ਉੱਥੇ ਇੱਕ ਚਿੱਟੇ ਕੁੜਤੇ ਪੇਮੇ ਵਾਲਾ ਮੁੰਡਾ ਜਾਂ ਨਹੀਂ ਫਿਰਦਾ ਸੀ ਸੋਹਣਾ ਜਾਂ ਸੀ ਬਾਲ ਜੇ ਖੜੇ ਕਰੇ ਹੋਏ ਸੀ ਤੇ ਪੈਰਾਂ 'ਚ ਜੁੱਤੀ ਸੀ ਨਹੀਂ ਫਿਰਦਾ ਤਾਂ ਹੈਗਾ ਸੀ ਪਰ ਭਾਈ ਮੈਂ ਤਾਂ ਬੜਾ ਧਿਆਨ ਹੀ ਨਹੀਂ ਮਾਰਿਆ ਹੈਗਾਗਾ ਤੂੰ ਕਦ ਧਿਆਨ ਮਾਰੇਂਗੀ ਤੇਰੀ ਉਮਰ ਹੈਗੀ ਧਿਆਨ ਮਾਰਨ ਵਾਲੀ ਤੂੰ ਤੇ ਬਹਿ ਹੀ ਵਰੀ ਆ ਧਿਆਨ ਮਾਰਨ ਦੀ ਉਮਰ ਤਾਂ ਮੇਰੀ ਆ
ਨੀ ਕਿਤੇ ਉਹ ਗੱਲ ਤਾਂ ਨਹੀਂ ਅਕੇ ਚਿੱਟੇ ਕੱਪੜੇ ਨਹਿਰ ਦਾ ਬਾਹੂ ਜੀ ਦੇ ਉੱਤੇ ਤੂੰ ਡੁੱਲੀ ਨੰਦੇ ਮੈਂ ਡੁੱਲੀ ਟੈਲੀ ਤਾਂ ਕਰੂੰਗਾ ਮੈਂ ਪਰ ਭਾਬੀ ਹੈਗਾ ਬੜਾ ਸੋਹਣਾ ਸੀ ਉਹ ਕੌਣ ਸੀ ਨੀ ਜੇ ਸੋਹਣਾ ਸੀ ਫਿਰ ਤੂੰ ਕਿਹੜਾ ਘੱਟ ਸੋਹਣੀ ਆ ਓਹੋ ਮੇਰੇ ਨਾਲ ਕੰਮ ਉਹਨੂੰ ਮੰਗੋ ਨਾ ਕਰ ਤੂੰ ਉਹ ਤਾਂ ਨਾ ਬਾਲੇ ਸੋਹਣਾ ਸੀ ਸੋਹਣਾ ਲੱਗੇ ਕੀ ਤਾਂ ਸੱਚੀ ਨਹਿਰ ਦਾ ਬਾਬੂ ਹੀ ਹੋਵੇ ਉਹ ਮੈਂ ਤਾਂ ਇਸ ਬਹਾਨੇ ਉਹਨੂੰ ਦੁਬਾਰੇ ਦੇਖਣਾ ਚਾਹੁੰਦੀ ਹਾਂ ਜੇ ਦੇਖੀ ਮੈਨੂੰ ਲੈ ਜੇ ਭਾਬੀ ਬਣ ਕੇ ਕੱਪੜੇ ਧੋਣ ਵਾਲੇ ਨੀ ਮੈਂ ਤਾਂ ਲੈ ਜੂੰਗੀ ਤੈਨੂੰ ਬੀਬੀ ਦੇ ਸੁਭਾਅ ਦਾ ਪਤਾ ਹੀ ਹੈ ਤੈਨੂੰ ਲੱਗਦਾ ਹੀ ਭੇਜ ਦੂਗੀ ਪਹਿਲਾਂ ਪਤਾ ਨੀ ਕਿਵੇਂ ਜਾਣ ਦੇਤਾ ਤੈਨੂੰ ਤੂੰ ਬੀਬੀ ਨਾਲ ਮੇਰੇ ਕਰਕੇ ਇੱਕ ਵਾਰ ਗੱਲ ਕਰਕੇ ਦੇਖ ਲੈ ਦੇਖੀ ਹਾੜੇ ਕੋਈ ਨਾ ਆਪਾਂ ਤੜਕੀ ਤੜਕੀ ਚੱਲਾਂਗੇ ਕੱਲ ਨੂੰ ਸਵੇਰੇ ਫਿਰ ਚੱਲ ਕੋਈ ਨੀ ਇੱਕ ਵਾਰੀ ਪੁੱਛ ਕੇ ਦੇਖ ਲੈਣੀ ਆ ਜੇ ਮੰਨ ਗਈ ਤਾਂ ਨਹੀਂ ਭੈਣੇ ਗਾਲਾਂ ਨੀ ਮੈਥੋਂ ਇੱਥੇ ਮੈਂ ਜਾਂਦਾ ਚੱਲ ਇੱਕ ਵਾਰ ਪੁੱਛ ਲੈ ਕੋਈ ਨਾ ਕੋਈ ਬਹਾਨਾ ਲਾ ਦੇ ਉੜੀਏ ਹਾੜੇ ਆ ਤੂੜੀ ਛੱਡਣ ਵਾਲੇ ਫੇਰ ਪਾ ਦੇਣਾ ਨੀ ਨੀ ਬੀਬੀ ਹੈਗੀ ਕਿੱਥੇ ਆ ਆ ਗਈ ਲੈ ਨੀਰਾ ਨੀ ਪਾਇਆ ਕੋਈ ਉਹਦੇ ਤੋਂ ਟੱਕਰ ਭਰੇ ਪਿਆ ਪਾਉਂਦੀ ਸੀ ਬੀਬੀ ਨੀਰਾ ਤਾਂ ਮੈਂ ਤਾਂ ਨਾ ਇਹ ਕਹਿੰਦੀ ਸੀਗੀ ਤਾਰੂ ਆਪਣੀ ਕਹਿੰਦੀ ਆਪਾਂ ਕੱਪੜੇ ਪਏ ਸੀ ਧੋਣ ਵਾਲੇ ਕਹਿੰਦੀ ਕੱਪੜੇ ਧੋ ਲਿਓ ਨੇ ਜਾ ਕੇ ਸੂਏ ਤੇ ਹੋਰ ਬੀਬੀ ਤੂੰ ਆਪੇ ਤਾਂ ਕਹਿੰਦੀ ਹੁੰਦੀ ਆ ਧੋਣ ਵਾਲੇ ਕੱਪੜੇ ਘਰੇ ਰੱਖਦੇ ਨਹੀਂ ਹੁੰਦੇ ਨਹੀਂ ਚੱਲ ਚੰਗਾ ਪਾੜੀ ਦਾਦੀ ਨਾ ਬਣਿਆ ਕਰ ਨਾ ਕੱਪੜਿਆਂ ਦਾ ਕੋਈ ਟਾਈਮ ਹੈ ਦਿਨ ਤਾਂ ਛਿਪਣ ਤਿਆਰ ਹੈ ਕੱਲ ਨੂੰ ਬਣ ਜਾਓ ਕੱਲ ਨੂੰ ਧੋ ਲਿਆਇਓ ਚੰਗਾ ਬੀਬੀ ਬਣ ਗਈ ਮੈਨੂੰ ਲੈ ਕੇ ਜਾਈ ਚੰਗਾ ਕੱਲ ਚੱਲ ਕੋਈ ਨੀ ਉਹ ਤਾਂ ਕੱਲ ਦੀ ਕੱਲ ਨਾ ਦੇਖੀਏ ਹੁਣ ਮੈਂ ਨੀਰਾ ਪਾ ਮੇਰੀ ਗੱਲ ਸੁਣ ਮੈਂ ਉਹ ਮੁੰਡੇ ਸਾਹਮਣੇ ਫਿੱਕੀ ਨਹੀਂ ਪੈਣੀ ਚਾਹੀਦੀ ਪਹਿਲ ਮੈਨੂੰ ਐਂ ਦੱਸ ਜੇ ਉਹਨੇ ਦੁਬਾਰੇ ਚਿੱਟਾ ਕੁੜਤਾ ਪਾਇਆ ਮੈਂ ਪਾਇਆ ਫਿਰ ਮੈਂ ਸੂਟ ਕਿਹੜਾ ਪਾ ਕੇ ਜਾਊਂ ਨੀ ਕੋਈ ਨੀ ਹੋਰ ਨਾ ਤੂੰ ਬੀਬੀ ਤੋਂ ਬਾਰਾਂ ਦਵਾ ਦੀ ਚੱਲ ਚੰਗਾ ਆ ਜਾ ਮੈਂ ਪਵਾਉਣੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਵੇਖ ਕੇ ਹਟੇ ਹੋ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਏਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਰਿਸਪੌਂਸ ਦਿੰਦੇ ਹੋ ਤਾਂ ਆਪਾਂ ਇਹਦੇ ਨੈਕਸਟ ਐਪੀਸੋਡ ਵੀ ਲੈ ਕੇ ਆਵਾਂਗੇ ਤੇ ਤਾਰੋ ਦੀ ਲੁੱਕ ਤੇ ਤਾਰੋ ਦਾ ਕਰੈਕਟਰ ਕਿਵੇਂ ਲੱਗਿਆ ਇਹ ਦੱਸਿਓ ਬਾਕੀ ਅੰਗਰੇਜ਼ ਕੌਰ ਜੀ ਨੇ ਆਪਣੇ ਤੇ ਬੇਬੇ ਜੀ ਨੇ ਤੇ ਬਾਈ ਆਪਣੇ ਪਿੰਡ ਤੋਂ ਹੀ ਆ ਜਿਹਨੇ ਨਵੇਂ ਅੱਜ ਪਹਿਲੀ ਵਾਰੀ ਸਾਡੇ ਨਾਲ ਕਰੈਕਟਰ ਕੀਤਾ ਤੇ ਭਰਾ ਮੇਰੇ ਨਾਲ ਹੀ ਪੜ੍ਹਦਾ ਹੁੰਦਾ ਸੀਗਾ ਤੇ ਸਾਰਿਆਂ ਦਾ ਕਰੈਕਟਰ ਦੱਸਿਓ ਕਿਵੇਂ ਲੱਗਿਆ ਕਿਹਦੀ ਐਕਟਿੰਗ ਵਧੀਆ ਲੱਗੀ ਤੇ ਨੈਕਸਟ ਪਾਰਟ ਦੇ ਵਿੱਚ ਐਂਟਰੀ ਹੋਏਗੀ ਕਿਸੇ ਹੀਰੋ ਦੀ ਉਹ ਰੱਬ ਹੀ ਜਾਣਦਾ ਕਿ ਹੀਰੋ ਕਿਹੜਾ ਹੋਏਗਾ ਉਹ ਜਾਂ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਤੁਹਾਨੂੰ ਨਹੀਂ ਪਤਾ ਸੋ ਨੈਕਸਟ ਐਪੀਸੋਡ ਦੇਖਣ ਦੇ ਲਈ ਤੁਸੀਂ ਵੇਟ ਕਰਿਓ ਬਸ ਇੱਕ ਦੋ ਦਿਨਾਂ ਦੇ ਬਾਅਦ ਹੀ ਆਪਾਂ ਅਪਲੋਡ ਕਰ ਦਾਂਗੇ ਤੇ ਬਾਕੀ ਜਿਹੜੇ ਆਪਣੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਕਮੈਂਟਸ ਕਰਿਆ ਕਰੋ ਪਿਆਰੇ ਪਿਆਰੇ ਕਮੈਂਟਸ ਕਰਿਆ ਕਰੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ।